ओ कम शुरू हो गया। ओए होए 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 पकौड़ा सा लग रहा है जी। पापा जी पहली पहली डाइस। अस्सलाम वालेकुम। वालेकुम अस्सलाम जी। वालेकुम अस्सलाम। वालेकुम अस्सलाम। वालेकुम अस्सलाम। आज मैं थोड़ा ट्राई करा रही पेपे दी पहली पहली बाइट्स। पापा दी पहली पहली डाइस। पेपे दी पहली पहली बाइट्स। पेपे दी पहली पहली बाइट। धमकी डाल रहे की होना है सामने आएगी चीज तो पता लगेगा की होना। ना सुन के डिफरेंट लग रहा है। पहली बार सुन रहा मैं थे। कोई तरीकी चीज होनी है। मुझे तो कुछ जेब लग रहा है जी। पर मैं को आपने दसना क्योंकि मैं अगर दस देता तो आपको पहले ही होल पैन शुरू हो जाता। अच्छा जी कोई यह जी चीज खतरनाक हो एडी को जालिम चीज लेके आयो। खा तो लवांगे देखांगे तो फिर चलो ट्राई तो करांगे ना। आज अल्लाह ही खैर करे फिर। चलो जी मैं थोड़ा देनी है फिर तुसी मन दसो खा के कैसी कैसी नहीं। ठीक है जी। ਇਹ ਕੀ ਹੈ ਜੀ ਇਹ ਤਾਂ ਕੋਈ ਮਿਰਚਾਂ ਲੱਗਣ ਵਾਲੀ ਚੀਜ਼ ਦੱਸ ਰਹੇ ਹੋ ਤੁਸੀਂ ਹੈ ਇਹ ਤਾਂ ਜਿਹੜਾ ਖਾਇਆ ਉਹਨੂੰ ਮਿਰਚਾਂ ਲੱਗਣਗੀਆਂ ਨਹੀਂ ਲੱਗਣਗੀਆਂ ਅੱਛਾ ਪੱਕੀ ਗੱਲ ਹੈ ਇਹ ਤਾਂ ਤੁਸੀਂ ਖਾ ਕੇ ਦੱਸੋਗੇ ਨਾ ਮੈਨੂੰ ਕੀ ਪਤਾ ਪਿੱਛੋਂ ਤਾਂ ਹਰੀ ਮਿਰਚ ਲੱਗ ਰਹੀ ਹੈ ਦੇਖਣ ਨੂੰ ਤਾਂ ਹੋਵੇ ਪਤਾ ਨਹੀਂ ਕੀ ਹੈ ਵਿੱਚ ਇਹ ਨਾ ਕਿਤੇ ਲਾਲ ਮਿਰਚ ਤਾਂ ਨਹੀਂ ਇੰਗਲੋ ਚ ਮਿਰਚਾਂ ਲਾਏ ਕਹੀਦੇ ਨਹੀਂ ਨਹੀਂ ਐਸ ਮਿਰਚ ਦਾ ਨਾਮ ਹੈ ਪੈਰੀ ਪੈਰੀ ਪਾਈ ਇਹ ਲਾਲ ਮਿਰਚ ਹੈ ਸਬਜ਼ ਮਿਰਚ ਹੈ ਇਹ ਹੁਣ ਤੁਸੀਂ ਮੈਨੂੰ ਦੱਸਣਾ ਖਾ ਕੇ ਮੈਂ ਨਹੀਂ ਤੁਹਾਨੂੰ ਦੱਸਣਾ ਮੁਝੇ ਤਾਂ ਬਹੁਤ ਟੇਸਟੀ ਲੱਗ ਰਿਹਾ ਹੈ ਜੀ ਅੱਛਾ ਹਾਂਜੀ ਅਬ ਚੈੱਕ ਕਰਤੇ ਹੈ ਜੀ ਜ਼ਰਾ ਹਾਂ ਜੀ ਬਿਸਮਿਲ੍ਲਾ ਰਹਿਮਾਨ ਸਬਜ਼ ਮਿਰਚ ਦੇ ਉੱਤੇ ਬੇਸਣ ਲਾਇਆ ਹੈ ਖਾ ਕੇ ਦੱਸੋ ਫਿਰ ਬੇਸਣ ਹੈ ਕੀ ਹੈ ਸਬਜ਼ ਮਿਰਚ ਹੈ ਬਜੇ ਜੀ ਇਹ ਕਿਸ ਤੁਸੀਂ ਨਾਂ ਰੱਖਿਆ ਜਾਂਦਾ ਇਹ ਤਾਂ ਬੜੀ ਕਮਾਲ ਦੀ ਸ਼ੈ ਬਣੀ ਬਾਜੀ ਅੱਛਾ ਹਾਂਜੀ ਮਜ਼ੇਦਾਰ ਬਹੁਤ ਮਜ਼ੇਦਾਰ ਹੈ ਅੱਛਾ ਵਿੱਚ ਹੀ ਲੱਗ ਗਈ ਤੁਹਾਨੂੰ ਨਹੀਂ ਆਹਾ ਮਜ਼ੇ ਦੀ ਨਹੀਂ ਹੈ ਮਜ਼ਾ ਤਾਂ ਭੁੱਲ ਗਿਆ ਮਜ਼ਾ ਇੱਥੇ ਕੀ ਆਉਣਾ ਇੱਥੇ ਤਾਂ ਸਪੀਟਾਂ ਲੱਗਦੀ ਹੈ ਬਈ ਇਹ ਤਾਂ ਮਜ਼ੇਦਾਰ ਹੈ ਜੀ ਬਹੁਤ ਅੱਛਾ ਹੈ ਜੀ ਅੱਛਾ ਹਾਂਜੀ ਮਿਰਚਾਂ ਨਹੀਂ ਲੱਗਦੀਆਂ ਤੁਹਾਨੂੰ ਇਹ ਪਿੰਡੂ ਲੋਕ ਅਸੀਂ ਸਭ ਕੁਝ ਖਾ ਜਾਂਦੇ ਹਾਂ ਅਸੀਂ ਕੁਛ ਵੀ ਨਹੀਂ ਛੋੜਦੇ ਅਸੀਂ ਮਿਰਚਾਂ ਖਾਈਦੀਆਂ ਜੀ ਓਹੋ ਲੈ ਉਹ ਵੇਖ ਲਓ ਕੰਮ ਸ਼ੁਰੂ ਹੋ ਗਿਆ ਬਹੁਤ ਤੇਜ਼ ਮਿਰਚਾਂ ਨੇ ਇਹਦੇ 'ਚ ਮੇਰੇ ਤਾਂ ਅੱਖਾਂ 'ਚ ਪਾਣੀ ਆ ਗਿਆ ਅਸੀਂ ਔਖੇ ਸੌਖੇ ਨਹੀਂ ਵੇੜ ਤਾਂ ਜਾਣੀ ਤੁਸੀਂ ਅੱਜ ਮਿਰਚਾਂ ਲਵਾ ਕੇ ਸਾਨੂੰ ਚੰਗਾ ਨਹੀਂ ਕਰ ਰਹੇ ਇਹ ਤਾਂ ਬੜੀ ਜਾਤੀ ਹੈ ਕੀ ਲੱਗ ਖਾ ਵੀ ਕੀ ਲੱਗ ਰਿਹਾ ਕੀ ਹੈ ਚਿਕਨ ਪਾਇਆ ਹੈ ਹਾਂ ਦੇ ਮਿਰਚ ਦਾ ਵੀ ਜ਼ਾਇਕਾ ਹੈਗਾ ਕਰੀਮ ਵੀ ਪਾਈ ਹੈ ਹਾਂਜੀ ਬੜੀ ਅੱਛੀ ਮਜ਼ੇਦਾਰ ਬਣੀ ਹੈ ਜੀ ਮਤਲਬ ਤਿੰਨ ਚਾਰ ਮੈਂ ਤੁਹਾਨੂੰ ਦਵਾਂ ਤੁਸੀਂ ਆਰਾਮ ਨਾਲ ਖਾ ਲੋਗੇ ਜਿੰਨੀਆਂ ਦੇਓਗੇ ਖਾ ਸਕਦੇ ਹਾਂ ਇਹ ਤੁਸੀਂ ਪਕੌੜਿਆਂ ਨਾਲ ਖਾਂਦੇ ਹੁੰਦੇ ਸੀ ਮਿਰਚਾਂ ਫਰਾਈ ਕਰਕੇ ਅੱਛਾ ਮਸਾਲਾ ਲਾ ਕੇ ਓਏ ਹੋਏ 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 ਸੌਸ ਨਾਲ ਵੀ ਮਿਰਚ ਲੱਗ ਰਹੀ ਬਹੁਤ ਜ਼ਿਆਦਾ ਸੋਦਾ ਜ਼ਿਆਦਾ ਮਿਰਚ ਲੱਗ ਰਹੀ ਸਿਰਫ ਟੇਸਟ ਚੇਂਜ ਹੋਇਆ ਹੈ ਤਾਂ ਮਿਰਚ ਹੀ ਅੱਛਾ ਹਾਂਜੀ ਬਿਲਕੁਲ ਮਜ਼ੇ ਦੀ ਨਹੀਂ ਹੈ ਨਹੀਂ ਹੈ ਤਾਂ ਮਜ਼ੇ ਦੀ ਜਿਸ ਤਰ੍ਹਾਂ ਮਿਰਚ ਹੁੰਦੀ ਹੈ ਬੇਸਣ ਲਾ ਕੇ ਖਾਈਦਾ ਨਾ ਪਕੌੜਿਆਂ ਨਾਲ ਅਸੀਂ ਖਾਂਦੇ ਹੁੰਦੇ ਸੀ ਨਾਨ ਪਕੌੜਾ ਉਹ ਵੈਸੇ ਮਿਰਚ ਨਾਲ ਬੇਸਣ ਲਾ ਕੇ ਖਾਈਦੇ ਸੀ ਇਹ ਉਹ ਚੀਜ਼ ਹੈ ਬਿਲਕੁਲ 10 ਰੁਪਏ ਨਾਨ ਲੈਣਾ ਅੱਛਾ 5 ਰੁਪਏ ਦੀ ਮਿਰਚ ਆਰਾਮ ਨਾਲ ਰੋਟੀ ਖਾਣੀ ਹੁੰਦੇ ਨਾ ਤੁਸੀਂ ਤਾਂ ਆਪ ਕੁੱਕ ਹੋ ਤੁਸੀਂ ਬਣਾ ਸਕਦੇ ਹੋ ਅਸੀਂ ਬਣਾ ਸਕਣਾ ਬਾਜੀ ਤੇ ਬਹੁਤ ਅੱਛਾ ਹੈ ਜੀ ਟੇਸਟੀ ਬਹੁਤ ਮਜ਼ੇਦਾਰ ਹੈ ਜੀ ਐਂਡ ਦਾ ਨੈਕਸਟ ਟਾਈਮ ਮੈਂ ਖਾਊਂਗਾ ਇਸ ਕੋ ਪਤਾ ਨਹੀਂ ਆਇਆ ਤਾਂ ਮਜ਼ਾ ਤਾਂ ਆਇਆ ਨਵੀਂ ਚੀਜ਼ ਤਾਂ ਹੈ ਨਹੀਂ ਖਾਦੀ ਜਾਈਏ ਔਖੇ ਸੌਖੇ ਟਰਾਈ ਕਰਨੇ ਆ ਦੇਖਣੇ ਆ ਹਿਚਕੀਆਂ ਹਿਚਕੀਆਂ ਲੈ ਲੂ ਕੇ ਖਾ ਜਾਵਾਂਗੇ ਦੇਖੀ ਜਾਏਗੀ ਜਾਂ ਮਿਰਚ ਨਹੀਂ ਜਾਂ ਅਸੀਂ ਨਹੀਂ ਕਦੇ ਤੁਸੀਂ ਹੁਣ ਕਰਦੇ ਹੋ ਕਦੇ ਤੁਸੀਂ ਕਰਦੇ ਹੋ ਮਜ਼ਾ ਆਉਂਦਾ ਤਾਂ ਫਿਰ ਹੁਣ ਕਰ ਲੈਂਦੇ ਹਾਂ ਜਦੋਂ ਵੈਸੇ ਮਜ਼ੇਦਾਰ ਨੇ ਪਰ ਜਦੋਂ ਮਿਰਚਾਂ ਲੱਗਦੀਆਂ ਉਦੋਂ ਮਜ਼ਾ ਖਰਾਬ ਹੋ ਜਾਂਦਾ ਮਿਰਚਾਂ ਖਤਮ ਹੋ ਗਈਆਂ ਮਿਰਚਾਂ ਅਸੀਂ ਪਹਿਲੇ ਖਾ ਬੈਠੇ ਹੁਣ ਖਾਲੀ ਖੋਖਾ ਹੀ ਉਹਦਾ ਰਹਿ ਗਿਆ ਬਸ ਉਹ ਖਾਈ ਜਾਓ ਆਹਾ ਠੀਕ ਹੈ ਜੀ ਮਜ਼ੇਦਾਰ ਹੋ ਗਿਆ ਕੰਮ ਹੋਰ ਵੀ ਖਾਓਗੇ ਨਾ ਜੀ ਬਸ ਫਿਲਹਾਲ ਦੇਣੀ ਹੈ ਬੜੀ ਹੋਰ ਖਾ ਲਓ
ਹੋਰ ਖਾ ਲਈ ਤਾਂ ਸਪੀਡ ਬਹੁਤ ਤੇਜ਼ ਹੋ ਜਾਣੀ। ਹੁਣ ਮੈਂ ਇੱਕ ਸ਼ਹਿਰ ਬੋਲਾਂ ਜੀ, ਹਾਂਜੀ ਬੋਲੋ ਜੀ। ਇੱਟ ਖੜੱਕੇ ਕੁੱਕੜ ਬੋਲਾ ਹੈ, ਤੱਤਾ ਹੋਇਆ ਚੁੱਲ੍ਹਾ, ਨਿੱਤ ਫਕੀਰਾਂ ਨੇ ਆ ਮੱਲਿਆ ਦਰਵਾਜ਼ਾ, ਤੇ ਰਾਜ਼ੀ ਹੋਵੇ ਬਾਬਾ ਬੁੱਲਾ। ਵਾਹ ਵਾਹ।